आपका मेजबान आरजे कासिम और आप देख रहे हैं लहर टीवी पाकिस्तान। आज कोर्ट दरबारा सिंह पर हम हाजिर हैं, पंजाबी विच गल करांगे। बुजुर्ग तुहानू दसेगा कोर्ट आ दरबारा सिंह दे बारे ते जिहड़े सिख इत्थों उठ के गए सी उहनां दे बारे ते बुजुर्गां दी गल उहनां दे किसे नाल होई सी जिहड़े इस पिंड तों उठ के ते चढ़दे पंजाब वल्ले गए सी। ते आजो बुजुर्ग नाल ही गल करदे आ, बुजुर्ग दी जुबानी तुहानू सुणाउने आ वंड दी ओह दास्तान। ਇਹ ਨਾਂ ਲਿਆ ਇਹੋ ਹੀ ਤਾਂ ਕੋਰਟ ਦਰਬਾਰ ਹੈ। ਉਹ ਗੱਲ ਖੁੱਲੀ ਤੇ ਪੁੱਛਿਆ ਤੁਹਾਨੂੰ, ਤੁਸੀਂ ਗਿਆ? ਉਹ ਤਾਂ ਇੱਥੋਂ ਹੀ ਗਏ ਨੇ ਸਰਦਾਰ। ਤੇ ਮੈਂ ਐਵੇਂ ਲੱਭ ਲੱਭ ਖੱਪ ਗਿਆ। ਅੱਛਾ, ਤੁਹਾਡੀ ਹੁਣ ਉਹਨਾਂ ਨਾਲ ਗੱਲ ਹੋ ਗਈ, ਸਮਝ ਲਓ ਮੁਲਾਕਾਤ ਸਜਰੀ ਗੱਲ ਹੋ ਗਈ ਤੇ ਹੋ ਗਈ ਤੇ ਤੁਹਾਨੂੰ ਕਿਵੇਂ ਦਾ ਲੱਗਾ ਉਹਨਾਂ ਨਾਲ ਗੱਲ ਕਰਕੇ? ਹੁਣ ਕੋਲ ਬੈਠੇ ਬੜੀ ਖੁਸ਼ੀ ਹੋਈ। चाचा बाबा चाचा तानू बड़ा महसूस होया तेरी पुत्री गुजर गई। जो पाकिस्तान बनिया मैं 10 साल लगा ਸਜਰੀ ਹੋ ਗਈ। ਮਾਂ ਆ ਗਿਆ ਸੀ, ਸਾਨੂੰ ਮਸ਼ੇਰ ਲੱਗਦਾ ਸੀ ਸਾਡੇ ਨਾਨਕੇ ਮੱਥੇ ਸਾਹਮਣੇ। ਉਹ ਸਾਨੂੰ ਮਸ਼ੇਰ ਨੇ ਸਾਡਾ ਬੂਦਾ ਦੇਣਾ ਬਾਪ ਸੀ ਨਾ, ਉਹ ਮੇਰੇ 'ਚ ਆਇਆ ਨਾ, ਸਾਰੇ ਪੱਤਰ ਪੁੱਤਰ ਲੈ ਗਿਆ ਨਾ, ਤਸਵੀਰਾਂ ਲੈ ਗਿਆ ਕੋਠਿਆਂ ਦੀਆਂ। ਉਸ ਮੁੜ ਘਰ ਜਾ ਕੇ ਦੱਸਿਆ ਹੋਣਾ ਸੀ ਇਹ ਮੁੰਡੇ ਪੁੱਤਰ ਲੈ ਗਏ ਪੋਤਰੇ ਨੇ। ਅੱਛਾ, ਜਿਹੜਾ ਇੱਥੋਂ ਗਿਆ ਸੀ ਸਰਦਾਰ, ਉਹਨਾਂ ਦੇ ਕੀ ਨਾਂ ਸੀ? ਆ ਜਿਹਨੇ ਨਾਂ ਕੋਟਰ ਦਰਬਾਰਾ ਸਿੰਘ ਨਾ मुरब्बा सी एक बार टिंगरी वाले नाल बूए थे रोसी मुरब्बा सरदार दरबार सिंह बड़ा वीर से इन्हां दा बाबा सी लगदा। ਵਿਆਹ ਵਹਿਲੀ ਸੀ ਨਾ ਇਹਨਾਂ ਚਾਚੇ ਦੀ ਸੀ ਪਜਾਮੇ ਦੀ ਹੈ, ਅਤੇ ਜਿਹੜੀ ਵਿਆਹ ਸੀ ਨਾ ਵਹਿਲੀ ਆ ਮਗਲੇ ਪਾਸੇ ਉਹ ਨਿਰੰਜਨ ਸਿੰਘ ਸੀ। ਚਾਰ ਘਰ ਹੈਗੇ। ਅੱਛਾ, ਜਿਹੜਾ ਇੱਥੇ ਬਾਬਾ ਨੰਦ ਦਾ ਉਹ ਹੈ ਨੰਦ ਮੰਦ, ਹਾਂ ਇਹ ਕੀ ਚੀਜ਼ ਸੀ? ਮੈਂ ਪਤਾ ਕੀਤਾ ਸੀ, ਉਹਨਾਂ ਨੂੰ ਵੀ ਨਹੀਂ ਪਤਾ। ਉਹ ਕਹਿੰਦਾ ਸੀ ਸਾਡੇ ਜਿਹੜੇ ਬਜ਼ੁਰਗ ਸੀ ਨਾ, ਆਹ ਬਾਬੇ ਦਾ ਪਾਠ ਕਰਦੇ ਹੁੰਦੇ ਸੀ, ਇਹ ਪਾਠ ਕਰਦੇ ਸਨ ਨਾ, दरबार मकान सी दरबार ਇੱਕ ਤਾਂ ਹਰ ਆਸ਼ਕੀ ਦੀ ਉਹਨਾਂ ਦੀ ਤਸਵੀਰ ਹੈਗੀ ਸੀ ਦਰਬਾਰ ਦੀ ਬਣੀ, ਕਿੰਨੇ ਹੋਏ ਉਹਨਾਂ ਦੀ ਅਤੇ ਇਹਨਾਂ ਦਾ ਵੱਡਾ ਗਿਆ ਸੀ ਨੰਦਨ ਹਿੰਦੁਸਤਾਨ ਗੰਗਾ, ਉੱਥੇ ਗੜਵੀ ਛੱਡ ਆਇਆ। ਉਹ ਮੇਲੇ ਵਾਲੇ ਦਿਨ ਮੱਸਿਆ ਦੇ ਨਾ ਇੱਥੋਂ ਨਿਕਲੀ, ਉਹਨੂੰ ਮਾਨਤਾ ਸਿੱਖਾ ਕੀਤੀ ਉਹਨਾਂ ਦੇ ਜਾਣੇ ਦਾਖਲ ਨੰਦ ਮਾਲਕਾੜਾ ਦੇਈ ਬੱਚੜੇ ਬੱਚੜਾ ਪਿਆਰਾ ਖਤਰਾਣੀਆਂ ਆਉਣੀਆਂ ਬੰਦਾ ਲਾਉਣਾ ਥਾਂ ਵੱਖਰੀ ਜਾਣੇ ਲਾਉਣਾ ਵੱਖਰੀ। ਅੱਛਾ, ਕਿ ਯਾਨੀ ਇੱਥੋਂ ਕੋਈ ਬੰਦਾ ਇਹਨਾਂ ਦਾ ਗਿਆ ਸੀ, ਕਿੱਥੇ ਗਿਆ ਸੀ ਜਿੱਥੇ ਗੜਵੀ ਛੱਡ ਕੇ ਆਇਆ ਸੀ? ਨੰਦਾ ਗੰਗਾ ਜਾਂ ਆਪਣਾ ਮੱਕਾ ਮਦੀਨਾ ਨਾ, ਗੰਗਾ ਗਿਆ ਸੀ। ਕਿਹੜੀ ਜਗ੍ਹਾ ਸੀ ਉਹ ਗੰਗਾ? ਗੰਗਾ ਹਿੰਦੁਸਤਾਨ ਵਿੱਚ, ਹਿੰਦੁਸਤਾਨ ਦੇ ਉੱਥੇ ਗੜਵੀ ਰਹਿ ਗਈ, ਉੱਥੇ ਰਹਿ ਗਈ। ਬੰਦਾ ਨਿਕਲੇ
ਮਜੋਰ ਸੀ ਬਾਸ ਬਾਬੇ ਦਾ ਖਿਜਮਤ ਗੁਜ਼ਾਰ ਸੀ ਨਨਮਨ ਦਾ ਕਿ ਨਨਮਨ ਆਪ ਹੀ ਸਹੀ ਉੱਥੇ ਗੜਵੀ ਰਹਿ ਗਈ ਗੜਵੀ ਬੋਲੋ ਮੱਸਿਆ ਲੈ ਇੱਥੇ ਨਿਕਲਦੇ ਇੱਥੇ ਆ ਕੇ ਨਿਕਲੀ ਹਾਂ ਪਾਣੀ ਚੋਂ ਹਾਂ ਇੱਥੋਂ ਮੁੜੋ ਜਲਦੀ ਇੱਥੇ ਗੱਲਾਂ 'ਚ ਹੀ ਸੁਣੀਦਾ ਇੱਥੇ ਥੱਲੇ ਕੋਈ ਸੁਰੰਗਾਂ ਵੀ ਹੈਗੀਆਂ ਨੇ ਜਾਂ ਦਰਬਾਰ ਦੇ ਲਾਗੇ ਜਾਂ ਇੱਥੇ ਉੱਥੇ ਉਹਦੇ ਭਾਵੇਂ ਹੁਣ ਇੱਥੇ ਕੋਈ ਨਹੀਂ ਦੇਖਿਆ पिछे पांच चार साल हो माछी कंध बनाने पैसा ਉਹਨੂੰ ਡੋਲੀ ਲੱਭੀ ਪੰਜਾਂ ਦੇ ਚਾਂਦੀ ਰੁਪਈਏ ਵਿੱਚ ਵਿੱਚ ਹੀਰਾ ਨਿਕਲ ਪਿਆ ਮੁੰਦਰੀ ਫਿਰ ਉਹ ਤੁਹਾਨੂੰ ਪਛਿਆ ਗਰੀਬ ਬੰਦਾ ਸੀ ਇਹਨਾਂ ਸ਼ਿਕਾਇਤ ਕੀਤੀ ਪੁਲਿਸ ਵਾਲੇ ਲੈ ਗਿਆ ਨਹੀਂ ਵੈਸੇ ਆਪਾਂ ਤਾਂ ਇੱਕ ਰਿਸਰਚ ਕਰਨੇ ਆ ਪੁਰਾਣੇ ਇਲਾਕੇ ਦੀ ਕਿ ਕਿਵੇਂ ਦੇ ਇਲਾਕੇ ਹੁੰਦੇ ਸੀ ਕਿ ਆਪਣੀ ਕੱਲ੍ਹ ਦੀ ਤਰੀਕ ਕੋਈ ਜਮ੍ਹਾਂ ਹੋ ਜਾਵੇ ਆਪਦੇ ਆਉਣ ਵਾਲੀਆਂ ਨਸਲਾਂ ਵਾਸਤੇ ਹਾਂਜੀ ਅਤੇ ਸਾਡਾ ਮਕਸਦ ਹੈਗਾ ਸੀ ਦੇਖੋ ਅਸੀਂ ਇਹ ਗੱਲਾਂ ਕਰਨੇ ਆ ਤੁਹਾਡੇ 70-72 ਸਾਲ ਪਹਿਲੇ ਦੇ ਲੋਕ ਜਿਹੜੇ ਤੁਹਾਨੂੰ ਮਿਲੇ ਉਹਨਾਂ ਨਾਲ ਮੁਲਾਕਾਤ ਹੋ ਗਈ ਤੁਹਾਨੂੰ ਚੰਗਾ ਲੱਗਿਆ ਉਹ ਮੈਨੂੰ ਵੀ ਸ਼ੁਕਰੀਆ ਅਦਾ ਕਰਦੇ ਫੋਨ ਕਰਦੇ ਹਾਂਜੀ ਅਸੀਂ ਵੀ ਕਰਦੇ ਹਾਂ ਹੈ ਇੱਕ ਦੂਸਰੇ ਦੀ ਮੁਹੱਬਤ ਹੁੰਦੀ ਆ ਤੇ ਇਹ ਚੀਜ਼ਾਂ ਥੋੜੀਆਂ ਜਿਹਾ ਵੱਧ ਹੁਣ ਇਹ ਸਿਰਫ ਇੱਕ ਮਿਹਨਤ ਦੀ ਖਾਤਰ ਦੇਖੋ ਅੱਜ ਇਹ ਸਾਰਿਆਂ ਨੂੰ ਪਤਾ ਲੱਗ ਗਿਆ ਪੰਜ ਸਾਲ ਕੜੀ ਚ ਆਉਂਦੇ ਬੰਦੇ ਲੁੱਟ ਮਾਰ ਕਰਦੇ ਪਹਿਲਾਂ ਦੇ ਬੰਦੇ ਗੱਲ ਕਰਦੇ ਨੇ ਇਹ ਮੁੜੇ ਮੁਖਬਰੀ ਹੋ ਗਏ ਸਾਰੀ ਗੱਲ ਮੁਖਬਰੀ ਕੀਤੀ ਮੁਖਬਰੀ ਹੋ ਗਏ ਇਹਨੂੰ ਲੁੱਟ ਲੈ ਗਏ ਇਹ ਪਿੰਡ ਛੱਡ ਦਿੱਤਾ ਨਾ ਇੱਥੇ ਛੱਡ ਜਿਹੜਾ ਸਾਰੀ ਗੱਲ ਮੁਖਬਰੀ ਸੀ ਨਾ ਉਹਦਾ ਨਾ ਲੈਣ ਦੇਣ ਬੰਦ ਕੀਤਾ ਹੈ ਸੀ ਹੈਂ ਇਹਨਾਂ ਨਾ ਬਰਤਨ ਦੇਣਾ ਨਾ ਲੈਣਾ ਸਾਰੀ ਗੱਲ ਅਤੇ ਜਿਹੜਾ ਪਿੰਡ ਬੰਦਾ ਪਿੱਛੇ ਜਿਹੜਾ ਲੈ ਗਿਆ ਸਾਨੂੰ ਚੁੱਕਦੇ ਜਿਹੜੇ ਬੈਠੇ ਸਨ ਸਰਦਾਰ ਉਹਨਾਂ ਮੁੜ ਇੱਕੋ ਨਾ ਲਿਆ ਉਹਨਾਂ ਕਹਿੰਦੇ ਸਰ ਸਾਰੀ ਗੱਲ ਮੁਕਬਲ ਕੀਤੀ ਗੱਲ ਹੈ ਕੋਈ ਬਾਤ ਅਤੇ ਇਸ ਤਰ੍ਹਾਂ ਕਰਕੇ ਉਹ ਪਿੰਡ ਬਹੁਤ ਛੁੱਟ ਗਈ ਤਾਂ ਇਹਨਾਂ ਦਾ ਫਸਲ ਹੁੰਦਾ ਸੀ ਫਲਾਂ ਇੱਕਾ ਸੀ ਲਾਵਾ ਸਾਲ ਵਿਕਣਾ ਪਾ ਜਾਣੀ ਨਿਕਲਣੀ ਕੱਚੀ ਨਵੀਂ ਉਹਦੇ ਜਾਂ ਘਰ ਨਿਕਲ ਪਏ ਝਾੜੀਆਂ ਬੂਟੇ ਦੇ ਲਾਵਾ ਨਿਕਲ ਪਏ ਇਹਨੇ ਝਾੜੂ ਬਣਦੇ ਸਨ ਇਹ ਮੁਕਬਲ ਖਰੀਦਣਾ ਖੁੱਲ੍ਹੇ ਬੰਦੇ ਆਉਂਦੇ ਨਾ ਬਾਜੀ ਗਲਾਂ ਇਹਨਾਂ ਬੰਦੇ ਜਦੋਂ ਖਰੀਦੇ ਜਿਹੜਾ ਇਕੱਠੇ ਪੈਸੇ ਹੋਣੇ ਨਾ ਉਹ ਨਾ ਬਰਤਨ ਬਣਾ ਲੈਣੇ ਕੜਾਹ ਬਣਾਉਣਾ ਬਣਾ ਸਾਰੀਆਂ ਲੈ ਲਈਆਂ ਜੋ ਕੁਝ ਹਾਂ ਉਸ ਵਕਤ 'ਚ ਯਾਨੀ ਕਿ ਹੁਣ ਤੋਂ ਕੋਈ 100 ਸਾਲ ਪਹਿਲੇ ਇੱਥੇ ਬਰਤਨਾਂ ਦਾ ਕਾਫੀ ਉਹ ਅਸਾਰ ਲੱਭਦੇ ਨੇ ਹਾਂਜੀ ਅਤੇ ਯਾਨੀ ਕਿ ਇਲਾਕਾ ਕੋਈ ਆਪਣੀ ਸੋਚ ਤੋਂ ਵੀ ਕਾਫੀ ਪੁਰਾਣਾ ਹੈ ਹਾਂ ਇੱਕ ਹੋਰ ਨਾ ਸੀ ਜਿਹੜੇ ਖਸਰੀ ਨਾ ਖਸਰੀ ਖਤਰੀ ਉਹਨਾਂ ਦਵਾਈ ਹੋਣਾ ਹਰ ਪਿੰਡ ਜਿਹੜਾ ਜਾਣਾ ਨਾ ਉਹਨਾਂ ਸੇਲ ਬਣ ਲੈਣਾ ਅਤੇ ਜਿਹੜੇ ਕੋਲ ਖੋਜੀ ਪੈ ਜਾਣਾ ਕੋਈ ਫਲਾਣੇ ਆ ਜਾਣੇ ਚੌਕੇ ਜਾਂ ਕੋਈ ਖੋਜੀ ਆ ਜਾਣੇ ਕੋਲ ਬੰਦੇ ਆਉਂਦੇ ਸਨ ਜਾਂ ਕੋਈ ਮਿਸਾਲ ਜਾਂ ਕਿਸੇ ਕਿਸੇ ਨੂੰ ਸੀ ਉਠਾਉਣੀ ਹੋਵੇ ਉਹਨਾਂ ਉਹਦੇ ਪੈਸੇ ਖਤਰੀ ਉਹ ਲੈ ਲੈਣ ਦੇ ਲਈ ਉਹ ਦਵਾਈ ਇਸ ਤਰ੍ਹਾਂ ਦਾ ਇਨਸਾਫ ਆ